ਅੱਜ ਸਿੱਧੂ ਭਾਜੀ ਨਾਲ ਹੋਇਆ ਮੈਂ ਕਹਿੰਦਾ ਇਦਾਂ ਕਿਸੇ ਨਾਲ ਨਹੀਂ ਹੋਣਾ ਚਾਹੀਦਾ ਇੱਕ ਤੱਕਾ ਹੁੰਦਾ ਇੱਥੇ ਬਹੁਤ ਜ਼ਿਆਦਾ ਤੱਕਾ ਹੋਇਆ ਵਾ ਕਿ ਇਦਾਂ ਦਾ ਕਿ ਉਹਦਾ ਘਰ ਪਰਿਵਾਰ ਹੀ ਖਤਮ ਹੋ ਗਿਆ 5 ਸਾਲ ਦਾ ਬੱਚਾ ਮੇਰਾ ਮੰਤਰੀ ਮੇਰੇ ਮੁੰਡੇ ਦਾ ਨਾਮ ਆ ਉਹ ਵੀ ਰੋਂਦਾ ਪਿਆ ਕਿ ਡੈਡੀ ਸਿੱਧੂ ਮੂਸੇ ਨਾਲ ਕੀ ਹੋ ਗਿਆ ਤੇ ਮੈਂ ਕਿਹਾ ਵੀ ਨਹੀਂ ਬੇਟਾ ਉਹ ਠੀਕ ਠਾਕ ਆ ਉਹ ਧੋਖੇ 'ਚ ਰੱਖਿਆ ਮੈਂ ਆਪਣੇ ਬੱਚੇ ਨੂੰ ਕੀ ਕਰਾਂ ਬੱਚੇ ਦੇ ਦਿਮਾਗ 'ਤੇ ਕੋਈ ਸਦਮਾ ਨਾ ਬੈਠ ਜਾਏ जिथे अज हर किसी ने कोशिश की जो सिद्धू नूं प्यार करते उन्हां दी अंतिम अरदास दे वेले पहुंचण दी उन्हां दे घर दे बाहर असीं देखिया किन्ना कट सीगा उन्हां दी समाध दे बाहर देखिया असीं किन्ना कट सीगा उत्थे उन्हां नूं चोण वाले एक इहो जे शख्सियत साडे नाल है जो कि सोशल मीडिया ते हमेशा अपनी गल्लां दे जरिए छाए रहिंदे ने अज उह वी सिद्धू नूं मिलण आए उन्हां दे परिवार नूं मिलना चाहुंदे सी पर कह रहे ने वी अज मुलाकात सबबी हो नहीं पाई है लेकिन आपां उन्हां दे मां-बाप दे दुख दे विच जिहड़ा है दुख वंडाउण दे लई ਉਹ ਕਹਿ ਰਹੇ ਆ ਕਿ ਉਹ ਇੱਥੇ ਆਏ ਨੇ ਸੋ ਸਤਿ ਸ਼੍ਰੀ ਅਕਾਲ ਨੀਟੂ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭਾਰਤ ਜੈ ਭੀਮ ਜੈ ਭਗਵਾਨ ਵਾਲਮੀਕ ਜੈ ਗੁਰੂ ਰਵਿਦਾਸ ਹਾਲੇਲੂਇਆ ਗੋਂਸਪਾ ਖੁਸ਼ੀਆਂ ਦੇਵੇ ਜੈ ਮਾ ਚਿੰਤਪੁਰਨੀ ਔਰ ਜੋ ਅੱਜ ਸਿੱਧੂ ਭਾਜੀ ਨਾਲ ਹੋਇਆ ਮੈਂ ਕਹਿੰਦਾ ਇਦਾਂ ਕਿਸੇ ਨਾਲ ਨਹੀਂ ਹੋਣਾ ਚਾਹੀਦਾ ਇੱਕ ਤੱਕਾ ਹੁੰਦਾ ਇੱਥੇ ਬਹੁਤ ਜ਼ਿਆਦਾ ਤੱਕਾ ਹੋਇਆ ਵਾ ਕਿ ਦੇਸ਼ ਵਿੱਚ ਕੀ ਇਦਾਂ ਦਾ ਕਿ ਉਹਦਾ ਘਰ ਪਰਿਵਾਰ ਹੀ ਖਤਮ ਹੋ ਗਿਆ ਜੋ ਸਿੱਧੂ ਮੂਸੇ ਵਾਲੇ ਭਾਜੀ ਨਾਲ ਹੋਇਆ ਮੈਂ ਦਿਲ ਤੋਂ ਕਹਿ ਰਿਹਾ ਵੀ ਇੰਡੀਆ ਦਾ ਪੰਜਾਬ ਦਾ ਹਰ ਇੱਕ ਬੰਦੇ ਦੀ ਆਤਮਾ ਨੁਚੜ ਗਈ ਹੈ ਜਿਵੇਂ ਅਸੀਂ ਕਪੜਾ ਨਿਚੋੜੀਦਾ ਉਦਾਂ ਅਸੀਂ ਆਤਮਾ ਦੁਖੀ ਹੋਈ ਪਈ ਆ ਉਹਨੂੰ ਇੰਡੀਆ ਵਿੱਚ ਭਾਵੇਂ ਕੰਮ ਕਰ ਹੈ ਨਹੀਂ ਪਰ ਉਹਨੂੰ ਕੰਮ ਕਰ ਛੱਡ ਕੇ ਸਿਰਫ ਇੱਕੋ ਟੈਨਸ਼ਨ ਆ ਕਿ ਸਿੱਧੂ ਮੂਸੇਵਾਲ ਦੇ ਜਿਹੜੇ ਕਾਤਲ ਆ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਇੱਕ ਬੱਚਾ 5 ਸਾਲ ਦਾ ਬੱਚਾ ਮੇਰਾ ਮੰਤਰੀ ਮੇਰੇ ਮੁੰਡੇ ਦਾ ਨਾਮ ਆ ਉਹ ਵੀ ਰੋਂਦਾ ਪਿਆ ਕਿ ਡੈਡੀ ਸਿੱਧੂ ਮੂਸੇਵਾਲ ਕੀ ਹੋ ਗਿਆ ਤੇ ਮੈਂ ਕਿਹਾ ਵੀ ਨਹੀਂ ਬੇਟਾ ਉਹ ਠੀਕ ਠਾਕ ਆ ਉਹ ਧੋਖੇ 'ਚ ਰੱਖਿਆ ਮੈਂ ਆਪਣੇ ਬੱਚੇ ਨੂੰ ਕੀ ਕਰਾਂ ਬੱਚੇ ਦੇ ਦਿਮਾਗ 'ਤੇ ਕੋਈ ਸਦਮਾ ਨਾ ਬੈਠ ਜਾਏ ਇਸ ਕਰਕੇ 5 ਸਾਲ ਦਾ ਮੇਰਾ ਬੱਚਾ ਉਹਦੇ ਦਿਮਾਗ 'ਚ ਵੀ ਇਹ ਚੀਜ਼ ਬੈਠੀ ਕਿ ਜਿਹੜੇ ਉਹਦੇ ਕਾਤਲ ਆ ਕਿ ਉਹ ਕਿੱਦਾਂ ਹੋਇਆ ਇਦਾਂ ਉਹ ਮੈਂ ਕਿਹਾ ਜੀ ਔਰ ਬੱਚਾ ਛੋਟਾ ਅਜੇ ਉਹਦੇ ਦਿਮਾਗ 'ਤੇ ਗੱਲ ਨਾ ਬੈਠੇ ਅਤੇ ਇਸ ਕਰਕੇ ਮੈਂ ਉਹਨੂੰ ਸਮਝਾਇਆ ਵੀ ਨਹੀਂ ਕੁਛ ਨਹੀਂ ਫਿਰ ਵੀ ਮੈਂ ਇੱਥੇ ਆਇਆ ਕਿ ਕਿਸੇ ਨੂੰ ਪੁੱਛ ਕੇ ਚਲੋ ਵੀ ਸਿੱਧੂ ਮੂਸੇਵਾਲ ਦੁਨੀਆ 'ਚ ਹੈਗਾ ਕਿਸੇ ਨੇ ਤੁਹਾਨੂੰ ਇਹ ਨਹੀਂ ਕਹਿਣਾ ਕਿ ਨਹੀਂ ਉਹਨੇ ਕਹਿੰਦਾ ਨਹੀਂ ਇੱਦਾਂ ਨਹੀਂ ਹੋ ਸਕਦਾ ਇਹ ਜਿੰਨੇ ਉਹਦੇ ਫੈਨਸ ਹੈ ਨਾ ਹਜੇ ਵੀ ਉਹਨੂੰ ਜਿੰਦਾ ਕਰ ਹਜੇ ਵੀ ਉਹਨਾਂ ਦਿਲਾਂ ਵਿੱਚ ਜਿੰਦਾ ਰਹੇਗਾ ਦਿਲਾਂ ਵਿੱਚ ਜਿਹੜਾ ਨਿਕਲਣਾ ਦੇਖੋ ਜੇ ਆਪਾਂ ਰੱਬ ਨੂੰ ਨਹੀਂ ਦੇਖਦੇ ਰੱਬ ਦੀ ਫੋਟੋ ਦੇਖਦੇ ਰੱਬ ਦੀ ਤਸਵੀਰ ਦੇਖਦੇ ਆ ਉਦਾਂ ਹੀ ਸਿੱਧੂ ਮੂਸੇਵਾਲੇ ਦੇ ਫੈਨਾਂ ਨੇ ਸਿੱਧੂ ਮੂਸੇਵਾਲੇ ਦੀ ਤਸਵੀਰ ਦਿਲ ਤੇ ਲਾ ਲਈ ਹੈ ਉਹ ਜਿਹਦੀ ਦਿਲ ਤੇ ਪੰਜਾਬੀ ਤਸਵੀਰ ਲਾ ਲੈਂਦੇ ਕਿਉਂਕਿ ਪੰਜਾਬੀ ਦਿਲ ਦੇ ਸਾਫ਼ ਹੁੰਦੇ ਉੱਚੋਂ ਮੂੰਹ ਤੋਂ ਭਾਵੇਂ ਜਿੱਦਾਂ ਮਰਜ਼ੀ ਕਹਿਣ ਇਹ ਬੋ ਫਲਾਂਟਿੰਗ ਉਹ ਕਹੀ ਜਾਣ ਪਰ ਦਿਲ ਦੇ ਰਾਜੇ ਹੁੰਦੇ ਪੰਜਾਬੀ ਜਿਹਨੂੰ ਦਿਲ 'ਚ ਵਸਾ ਲੈਂਦੇ ਆ ਉਹਨੂੰ ਆਪਣਾ ਰੱਬ ਮੰਨਦੇ ਆ ਅੱਜ ਦੇਖ ਲਓ ਸਿੱਧੂ ਮੂਸੇਵਾਲੇ ਨੂੰ ਦੁਨੀਆ ਕਿੱਦਾਂ ਮਿਲਣ ਆਈ ਹੈ ਕਿੱਦਾਂ ਸੰਸਕਾਰ 'ਤੇ ਆਏ ਸੀ ਕਿੱਦਾਂ ਅੱਜ ਭੋਗ 'ਤੇ ਪਹੁੰਚੀ ਹੈ ਅਸੀਂ ਕਹਿੰਦੇ ਹਾਂ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ 'ਤੇ ਨਿਵਾਸ ਦੇਣ ਔਰ ਇੱਦਾਂ ਦੀ ਆਤਮਾ ਨੂੰ ਪਰਮਾਤਮਾ ਆਪਣੇ ਨਾਲ ਚਰਨਾਂ ਦੇ ਲਾ ਰੱਖ ਰੱਖਣ ਔਰ ਜਿਹੜੇ ਜਿੰਨੇ ਉਹਦੇ ਫੈਨਸ ਆ ਸਾਰਿਆਂ ਨੂੰ ਉਹਨਾਂ ਦੀ ਸ਼ਾਂਤੀ ਬਖਸ਼ਣ ਕਿਉਂਕਿ ਉਹਨਾਂ ਦੇ ਦਿਮਾਗ 'ਚ ਸਾਰਿਆਂ ਦੀ ਇੱਕੋ ਸਿੱਧੂ ਮੂਸਾ ਦਿਲ 'ਚ ਵੀ ਸਿੱਧੂ ਮੂਸੇਵਾਲਾ ਆਤਮਾ ਨੂੰ ਸਾਡੀ ਨੁਚੜੀ ਪਈ ਆ ਕਿਉਂਕਿ ਸਾਨੂੰ ਨਹੀਂ ਭੁੱਲਦਾ ਰੋਟੀ ਖਾਣੀ ਭੁੱਲ ਗਈ ਆ ਪਰ ਸਿੱਧੂ ਮੂਸੇ ਜਦੋਂ ਫੋਨ ਚੱਕੀਦਾ ਨਾ ਗਾਣਾ ਸੁਣਨਾ ਹੁੰਦਾ ਗਾਣਾ ਨਹੀਂ ਸੁਣੀਦਾ ਸਿੱਧੂ ਮੂਸੇ ਦੀ ਫੋਟੋ ਦੇਖੀ ਦੀ ਬਸ ਸਿੱਧੂ ਮੂਸੇ ਵਾਲਾ ਦੇਖ ਕੇ ਸੋਈਦਾ ਇਦਾਂ ਦੇਖ ਲਓ ਇੰਨਾ ਪਿਆਰ ਹੈ ਜੀ ਸਰ ਲੋਕਾਂ ਦੇ ਘਰੇ ਪਾਰਟ ਚੱਲਦਾ ਹੋਊਗਾ ਨਾ ਸਾਡੇ ਘਰੇ ਸਿੱਧੂ ਮੂਸੇ ਸਹੀ ਹੈ ਇਹ ਗੱਲ ਸੱਚੀ ਮੇਰਾ ਬੱਚਾ ਵੀ ਸਿੱਧੂ ਮੂਸੇ ਵਾਲੀ ਫੋਟੋਆਂ ਔਰ ਵੀਡੀਓ ਦੇਖਦਾ ਆ ਦੇਖੋ ਮੈਂ ਕੋਈ ਪਾਗਲ ਥੋੜੀ ਹੈਗਾ ਹੁਣ ਮੈਂ ਦੁਨੀਆ ਤੋਂ ਦਿਖਾਉਣਾ ਹੈ ਨਹੀਂ ਮੈਂ ਆਪਣੇ ਘਰ ਸਿੱਧੂ ਮੂਸੇ ਵਾਲੀ ਫੋਟੋ ਲਾਈ ਹੈ ਹਾਂਜੀ ਪਿੱਛੇ ਵੀ ਦੇਖ ਲਓ ਵਾਹ ਜੀ ਵਾਹ ਸਿੱਧੂ ਮੂਸੇ ਵਾਲਾ ਜਿੰਦਾਬਾਦ ਸਿੱਧੂ ਭਾਈ ਅਮਰ ਰਹੇ ਅਮਰ ਰਹੇ ਠੀਕ ਹੈ ਜੀ ਬਾਕੀ ਇਸ ਦੇ ਨਾਲ ਹੀ ਬਹੁਤ ਬਹੁਤ ਧੰਨਵਾਦ ਜੀ ਦੇਖੋ ਮੈਂ ਆਪਾਂ ਫੈਨ ਆ ਉਹਨਾਂ ਦੇ ਸਿੱਧੂ ਮੂਸੇਵਾਲੇ ਦੇ ਕੱਲ ਵੀ ਅਸੀਂ ਜਿੱਥੋਂ ਮਰਜ਼ੀ ਜਿੱਦਾਂ ਮਰਜ਼ੀ ਕਦੀ ਮੇਲਾ ਲੱਗੂਗਾ ਅਸੀਂ ਇੱਥੇ ਹਾਜ਼ਰ ਹੋਵਾਂਗੇ ਜਿੱਦਾਂ ਵੀ ਮਾੜੇ ਚੰਗੇ ਆ ਤੁਹਾਡੇ ਸਾਹਮਣੇ ਧੜ ਚਰਨਾ ਚਾਹੀਦਾ ਜਨਮ ਦਾ 11 ਤਰੀਕਾ ਤੁਸੀਂ ਪਰਿਵਾਰ ਨੂੰ ਮਿਲਣ ਗਏ ਸੀ ਪਰਿਵਾਰ ਨੂੰ ਚਾਚਾ ਜੀ ਨਾਲ ਗੱਲ ਹੋਈ ਉਹ ਕਹਿੰਦੇ ਵੀ ਉਹ 100 ਬੰਦਾ ਬੈਠਾ ਉਹਨਾਂ ਦਾ ਤੇ ਤੁਸੀਂ 11 ਤਰੀਕ ਨੂੰ ਆਇਓ ਹਾਂਜੀ ਆਪਾਂ ਵਾਪਸ ਆ ਗਏ ਤੇ ਤੁਸੀਂ ਵਾਪਸ ਇੰਨੀ ਦੂਰੋਂ ਫੇਰ ਆਉਂਗੇ ਤੁਸੀਂ ਹੁਣ ਵੀ ਬਾਈਕ ਤੇ ਆਏ ਹੋ ਕੀ ਕਰੀਏ ਜੀ ਹੁਣ ਦੁਖੀ ਮਤਲਬ ਅਗਲਾ ਵੀ ਦੁੱਖ ਵਿੱਚ ਹੈ ਇਸ ਟਾਈਮ ਅਸੀਂ ਇਹ ਨਹੀਂ ਕਹਿੰਦੇ ਅਗਲੇ ਬਹੁਤ ਜ਼ਿਆਦਾ ਸਾਡੇ ਨੂੰ ਜ਼ਿਆਦਾ ਸਦਮਾ ਮਾਂ ਪਿਓ ਨੂੰ ਆ ਕਿਉਂਕਿ ਜਿਹਨਾਂ ਦਾ ਇਕੱਲਾ ਬੱਚਾ ਨਾ ਕੋਈ ਮਾਂ ਨਾ ਕੋਈ ਅੱਗੇ ਨਾ ਪਿੱਛੇ ਸੀਗਾ ਉਹਨਾਂ ਦਾ ਇਸ ਕਰਕੇ ਬਹੁਤ ਦੁੱਖ ਲੱਗਾ ਬਹੁਤ ਧੱਕਾ ਹੋਇਆ ਔਰ ਉਹਨਾਂ ਦੇ ਜਿਹੜੇ ਕਾਤਲ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਸਾਰਾ ਹਿੰਦੁਸਤਾਨ ਸਾਰਾ ਪੰਜਾਬ ਇਹ ਗੱਲ ਕਹਿ ਰਿਹਾ ਮੈਂ ਇਕੱਲਾ ਨਹੀਂ ਕਹਿ ਰਿਹਾ ਅੱਜ ਭਾਜੀ ਕਿਉਂ ਮਿਲਣੀ ਚਾਹੀਦੀ ਸਜ਼ਾ ਕਿ ਨਹੀਂ ਮਿਲਣੀ ਚਾਹੀਦੀ ਮਿਲੂਗੀ ਪੱਕਾ ਨਹੀਂ ਮਿਲੂਗੀ ਔਰ ਸਾਰੇ ਲਾ ਲੈਣੇ ਧਰਨੇ ਪ੍ਰਦਰਸ਼ਨ ਸਾਰੇ ਕਰੋਗੀ ਦੁਨੀਆ ਹਿਲਾ ਦਾਂਗੇ ਜੇ ਉਹਨਾਂ ਨੂੰ ਨਾ ਫੜਿਆ ਇਹਨਾਂ ਨੇ ਮੈਂ ਉਹਨਾਂ ਦੇ ਮਾਂ ਪਿਓ ਦੇ ਨਾਲ ਇਹ ਨਾ ਸਮਝਣ ਵੀ ਮੈਂ ਉਹਨਾਂ ਦੇ ਮਾਂ ਪਿਓ ਨੂੰ ਮਾਰਤਾ ਇਹ ਸੰਦੀਪ ਨੰਗਲ ਅੰਬੀਆਂ ਨੂੰ ਮਾਰਤਾ
ਤਾਂ ਸਿੱਧੂ ਮੂਸੇ ਵਾਲੇ ਮਾਰਤਾ ਆਮ ਜੀ ਗੱਲ ਨਹੀਂ ਹੈਗੀ ਬਹੁਤ ਵੱਡੀ ਗੱਲ ਸਿੱਧੂ ਮੂਸੇ ਵਾਲਾ ਜਿੰਦਾਬਾਦ ਸਿੱਧੂ ਮੂਸੇ ਵਾਲਾ ਜਿੰਦਾਬਾਦ ਸਿੱਧੂ ਮੂਸੇ ਵਾਲਾ ਜਿੰਦਾਬਾਦ ਗਲੋਬਲ ਆਰਟੀ ਜੀ ਬਿਲਕੁਲ ਇਸ ਦੇ ਨਾਲ ਹੀ ਇਜਾਜ਼ਤ ਚਾਹਾਂਗੇ ਸਤਿ ਸ਼੍ਰੀ ਅਕਾਲ।